ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਹੈਗਾ ਜੀ ਦਿਨ ਐਤਵਾਰ, ਅਤੇ ਸਵੇਰ ਦੇ ਵੱਜ ਚੁੱਕੇ ਨੇ 9। ਅਤੇ ਮੈਂ ਉੱਠ ਕੇ ਜਸਟ ਹੁਣ ਦੁਕਾਨ 'ਤੇ ਪਹੁੰਚੀ ਆਪਣੀ, ਅਤੇ ਐਤਵਾਰ ਨੂੰ 2-4 ਘੰਟੇ ਆਮ ਦੇ ਨਾਲੋਂ ਵੱਧ ਸੌਂ ਲਈਦਾ ਕਿਉਂਕਿ ਥੋੜ੍ਹਾ ਜਿਹਾ ਰਿਲੈਕਸ ਫੀਲ ਕਰੀਦਾ, ਅਤੇ ਸ਼ਨੀਵਾਰ ਨੂੰ ਸ਼ਾਮ ਨੂੰ ਕੰਮ ਕਰਨ ਵੇਟ 'ਤੇ ਲੇਟ ਹੋ ਜਾਈਦਾ। ਅਤੇ ਬਾਕੀ ਇੱਧਰ ਮਿਲੋ ਆਪਣਾ ਸਿਮਾ ਸਿਓ, ਅੱਜ ਕਰਦੇ ਅਸੀਂ ਐਤਵਾਰ ਜੋ ਆਏ। ਅਤੇ ਬਾਕੀ ਉੱਠਣ ਦਾ ਟਾਈਮ ਸਿਵੇਂ ਦਾ ਆਪਣੇ ਦਾ ਸੇਵੇਂ ਆ, ਸੋਮਵਾਰ ਹੋਵੇ ਚਾਹੇ ਹੋਵੇ ਦਿਨ ਐਤਵਾਰ, ਇਹ ਕਹਿੰਦਾ ਆਪਣੀ ਰੂਟੀਨ ਆਪਾਂ ਨਹੀਂ ਤੋੜਨਾ। 6 ਵਜੇ ਉੱਠੀ, 6 ਵਜੇ ਪ੍ਰੋਪਰ ਉੱਠ ਖੜਦਾ ਹੈ, ਉੱਠ ਕੇ ਥੱਲੇ ਆ ਕੇ ਬੈਠੇ ਆਪਣਾ ਘਰ ਫੋਨ ਕੀਤਾ, ਗੱਲਾਂ ਬਾਤਾਂ ਮਾਰੀਆਂ। ਚਲੋ ਇਹ ਵੀ ਜ਼ਰੂਰੀ ਆ, ਜਿਹੜੇ ਮੁੰਡੇ ਆਪਣੇ ਪ੍ਰਦੇਸ਼ਾਂ 'ਚ ਰਹਿੰਦੇ ਆ, ਆਪਣੇ ਬੰਦੇ ਟਾਈਮ 'ਚੋਂ ਟਾਈਮ ਕੱਢ ਕੇ ਆਪਣੇ ਮਾਪਿਆਂ ਨਾਲ ਆਪਣੇ ਘਰਦਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਆ, ਵਧੀਆ ਗੱਲ। ਪਰ ਇਹ ਕਹਿੰਦਾ ਵੀ ਰੋਟੀ ਇਹ ਕਹਿੰਦਾ ਰੂਟੀਨ ਹੀ ਟੁੱਟਣ ਦੇ ਨਹੀਂ, ਬਸ ਉੱਠਣਾ ਤਾਂ ਔਖਾ ਹੀ ਲੱਗਦਾ, ਜਿਹੜੀ ਪਹਿਲੀ ਸਵੇਰ ਦੀ ਪਹਿਲੀ ਝੱਗ ਦੇਣੀ ਪੈਂਦੀ ਉਹ ਬੜੀ ਔਖੀ ਹੁੰਦੀ ਆ। ਅਤੇ ਬਾਕੀ ਇੱਧਰ ਮਿਲੋ ਤੁਸੀਂ ਹਰਮਨ ਸਿੰਘ। ਸਤਿ ਸ਼੍ਰੀ ਅਕਾਲ ਹਰਮਨ, ਕਿੱਦਾਂ ਠੀਕ ਠਾਕ? ਵਧੀਆ ਨਿਆਰੇ ਨਿਆਰੇ ਵਧੀਆ, ਤੁਸੀਂ ਸੁਣਾਓ? ਅਤੇ ਆਟਾ ਊਟਾ ਮੁੰਡੇ ਨੇ ਗੁੰਨਤਾ, ਅਤੇ ਹੁਣ ਅਸੀਂ ਕਰਾਵਾਂਗੇ ਪੇੜੇ, ਅਤੇ ਨਾਲ ਗੁਰਸ਼ਾਨ ਸਿੰਘ ਲੱਗਿਆ ਵੈ, ਦੇਖੋ ਇੱਧਰ ਗੁਰਸ਼ਾਨ ਸਿੰਘ ਲੱਗਿਆ ਫਰਿੱਜਾਂ ਦੇ ਵਿੱਚ ਬੀੜਾਂ ਬੂੜਾਂ ਠੀਕ ਕਰਨ ਵਾਸਤੇ, ਅਤੇ ਨਾਲ ਇੱਧਰ ਹਰਮਨ ਸਿੰਘ ਕਰਾ ਰਹੇ ਹੈਲਪ ਇਹਦੀ, ਅਤੇ ਆਪਾਂ ਨੇ ਫਰਿੱਜ ਦੇ ਵਿੱਚ ਬੀੜਾਂ ਬੂੜਾਂ ਭਰ ਕੇ ਉਹਨਾਂ ਨਿਬੇੜ ਕੇ ਕੰਮ ਕਰ, ਆਟੇ ਦੀ ਪੀੜੇ ਕਰਾ ਦੀ ਹਰਮਨ ਦੇ ਨਾਲ, ਅਤੇ ਬਾਕੀ ਸਾਰੀ ਬਾਹਰ ਤਾਂ ਜਿਹੜੀ ਸਫਾਈ ਰਾਤ ਵੀ ਕਰਤੀ ਸੀ ਜੋ ਮਾੜੀ ਮੋਟੀ, ਹੁਣ ਧੁੱਪ ਚੜ੍ਹਨ ਤੋਂ ਪਹਿਲਾਂ ਕਰ ਦੀ ਦੇ, ਕਿਉਂਕਿ ਅੱਗੇ ਦਾ ਮੌਸਮ ਠੰਡਾ ਹੁੰਦਾ, ਜਦੋਂ ਮਰਜ਼ੀ ਆਪਾਂ ਬਾਹਰ ਆਪਣਾ ਕੰਮ ਕਰ ਸਕਦੇ ਹਾਂ, ਪਰ ਹੁਣ ਧੁੱਪ ਚੜ੍ਹ ਜਾਂਦੀ ਹੈ, ਦੇਖੋ ਤੁਸੀਂ ਬਾਹਰ ਇੱਧਰ ਸਾਡੇ 'ਤੇ ਚੜ੍ਹਦੀ ਚੜ੍ਹਦੀ ਧੁੱਪ ਪੈਂਦੀ ਆ, ਸੂਰਜ ਉੱਥੋਂ ਚੜ੍ਹਦਾ ਜਿੱਥੋਂ ਬਦਲ ਹੀ ਆਉਂਦੇ ਉੱਥੋਂ ਹੀ ਸੂਰਜ ਆਉਂਦਾ, ਅਤੇ ਸਿੱਧੀ ਧੁੱਪ ਇੱਥੇ ਪੈਂਦੀ, ਅਤੇ ਗਰਮੀ ਬਹੁਤ ਜ਼ਿਆਦਾ ਹੋਈ, ਇਸ ਕਰਕੇ ਆਹ ਸਾਰਾ ਬਾਹਰ ਵਾਲਾ ਕੰਮ ਆਪਾਂ ਪਹਿਲੀ ਨਿਬੇੜ ਦੀ ਤੇ ਲਓ ਜੀ ਗਾਈਸ, ਪਹੁੰਚ ਗਏ ਆਪਾਂ ਆਟੋ ਲਵਾਓ ਜਿਹੜੇ ਗੱਡੀ ਧਵਾਉਣ ਵਾਸਤੇ, ਦੇਖੋ ਇੱਧਰ ਮੇਰੇ ਪਿੱਛੇ ਖੜੇ ਮੁੰਡੇ ਲੈਣ ਦੇ ਵਿੱਚ, ਉੱਥੇ ਪੁਸਤ ਪਹਿਲੀ ਵਾਲਾ ਕੁਸ਼ਤੀ ਰਿਹਾ ਸੀ ਲਵਰ ਵਾਲਾ ਮੋਲ ਤੋਂ ਬਹਿਣੇ ਵਾਲਾ ਸਤੌਰਤ ਹੈ। ਆਪਣੇ ਸ਼ਹਿਰ ਦੇ ਵੀ ਹੋਰ ਵੀ ਹੈਗੀਆਂ ਆਟੋ ਲਵਾਜਾਂ, ਜਿੱਥੇ ਮਤਲਬ ਆਟੋਮੈਟਿਕ ਗੱਡੀਆਂ ਵੀ ਤਾਂ ਉਹ ਨਹੀਂ, ਉਹ ਵੀ ਹੈਗੀ ਆ, ਅਤੇ ਹੋਰ ਵੀ 3-4 ਹੈਗੀਆਂ। ਪਰ ਇਹ ਮੁੰਡੇ ਇਜਿਪਟ ਦੇ ਮੁੰਡੇ ਆ, ਬਹੁਤ ਸੋਹਣਾ ਕੰਮ ਕਰਦੇ ਗੱਡੀ ਨੂੰ, ਬਹੁਤ ਰੀਝ ਨਾਲ ਧੋਨੇ ਆ, ਅਤੇ ਆਪਾਂ ਇਹਨਾਂ ਦੇ ਕੋਲ ਆਉਂਦੇ ਨਾਲੇ ਆਪਾਂ ਨੂੰ ਪੈਸੇ ਵੀ ਜਾਇਜ਼ ਜਾਇਜ਼ ਲੈਂਦੇ ਆ, ਅਤੇ ਫਿਰ ਆਪਾਂ ਗੱਡੀ ਤੋਂ ਆਉਂਦੇ ਹਾਂ, ਅਤੇ ਫਿਰ ਆਪਾਂ ਚੱਲਦੇ ਘਰ ਨੂੰ। ਲਓ ਜੀ ਇੱਧਰ ਤੁਸੀਂ ਮੇਰੇ ਪਿੱਛੇ ਦੇਖੋ, ਇਹ ਆਟੋ ਲਵਾਜ ਦੇ ਬਿਲਕੁਲ ਕੋਲੇ, ਇੱਥੇ ਜਿੰਨੇ ਆਪਣੇ ਬੂਟੇ ਪੌਦੇ ਆਪਾਂ ਘਰ ਲੱਗੇ ਹੋਏ, ਜਿਹੜੀ ਬੇਲਾਂ ਬੂਟੇ ਲਾਏ ਆ ਉਹ ਸਾਰੇ ਇੱਥੋਂ ਲੈ ਕੇ ਲਾਏ ਆ, ਦੇਖੋ ਇੱਥੇ ਲਾਈਨ ਦੇ ਵਿੱਚ ਨਾ, ਇਹ ਰੋਡ ਦੇ ਉੱਪਰ ਲੱਗੇ ਹੋਏ ਆ, ਸਟਾਲ ਜੀ ਲਾਈ ਹੋਏ ਨੇ, ਮੇਨ ਰੋਡ ਚੱਲਦਾ ਮੇਰੇ ਪਿੱਛੇ ਆ ਦੇਖੋ, ਅਤੇ ਬਿਲਕੁਲ ਆਟੋ ਲਵਾਜ ਦੇ ਕੋਲੇ ਆ, ਅਤੇ ਲੋਕ ਉਰੇ ਲੈ ਕੇ ਜਾਂਦੇ ਆ ਬੂਟੇ ਦੇ ਆਪਣੇ ਘਰ ਲਾਉਂਦੇ ਆ, ਹਰੇਕ ਚੀਜ਼ ਦਾ ਉਰੇ ਮਿਲਦਾ ਬੂਟਾ। ਅਤੇ ਆਹ ਦੇਖੋ ਤੁਸੀਂ ਇੱਧਰ ਸ਼ਿਮਲਾ ਮਿਰਚ ਦੇ ਬੂਟੇ ਲੱਗੇ ਹੋਏ ਆ, ਅਤੇ ਨਾਲ ਸ਼ਿਮਲਾ ਮਿਰਚਾਂ ਵੀ ਲੱਗੀਆਂ ਹੋਈਆਂ, ਤਿਆਰ ਦੇਖੋ ਸਾਰੀਆਂ ਛੋਟੇ ਬੂਟੇ ਜਮਨ ਦੇ ਮਿਰਚਾਂ ਲੱਗੀਆਂ ਹੋਈਆਂ, ਅਤੇ ਇੱਧਰ ਆਹ ਕਈ ਤਾਂ ਚੀਜ਼ਾਂ ਵਿੱਚ ਇੱਦਾਂ ਦੀਆਂ ਵੀ ਸਾਨੂੰ ਖੁਦ ਨਹੀਂ ਪਤਾ ਵੀ ਕਾਹਦੀ ਕਾਹਦੀਆਂ ਵੇਲਾਂ, ਬਾਪੂ ਨੂੰ ਥੋੜ੍ਹੀ ਜ਼ਿਆਦਾ ਨੌਲੇਜ ਇਹਨਾਂ ਚੀਜ਼ਾਂ ਦੀ। ਲਓ ਜੀ ਇੱਧਰ ਲੱਗੀ ਵੀ ਪਨੀਰੀ ਪਿਆਜ਼ ਆ, ਦੇਖੋ ਇੱਧਰ ਇੱਦਾਂ ਟਰੇਆਂ ਦੇ ਵਿੱਚ ਪੈਕ ਹੋਈ ਵੀ ਆਉਂਦੀ, ਸਾਰੇ ਤਿਆਰ ਹੈ ਪਿਆਜ਼, ਬਸ ਜਾ ਕੇ ਆਪਾਂ ਗਮਲਿਆਂ ਦੇ ਵਿੱਚ ਲਾਉਣੀ ਹੈ। ਪਾਲਕ ਆਊਗਾ, ਇਨਸਲਾਦਾ ਲੱਗਿਆ ਮੈਮ, ਛੱਡੀ ਵੀ ਨਹੀਂ ਕੋਈ ਜਿਹੜੀ ਨਾ ਲੱਗੀ ਹੋਵੇ, ਹਰੇਕ ਚੀਜ਼ ਇੱਥੇ ਮਿਲਦੀ ਆ। ਲਓ ਜੀ ਮਿੱਤਰੋ, ਪਛਾਣ ਤਾਂ ਬੰਦੇ ਉਹੀ ਸਾਰੇ, ਇਹ ਸਿਮੇ ਦੇਖੋ, ਅਤੇ ਇਹਦੇ ਗੁਰਸ਼ਾਨ ਸਿੰਘ ਦੇਖੋ, ਚੰਗੀ ਤਰ੍ਹਾਂ ਦੇਖੋ। ਚਲੋ ਜੀ ਆਪਾਂ ਨਹਾ ਧੋ ਕੇ ਰੈਡੀ ਹੋ ਗਏ, ਅਤੇ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਨੂੰ। ਸ਼ਰਮਾ ਚਾਬੀ ਥੱਲੋਂ ਕੱਢ ਲਿਆ ਕਰ, ਚਾਬੀ ਗੱਡੀ ਦੀ। ਡੈਡੀ ਅਤੇ ਮੰਮੀ ਉਹ ਦੂਜੀ ਗੱਡੀ ਲੈ ਕੇ ਚਲੇ ਗਏ, ਅਤੇ ਅਸੀਂ ਜਾਵਾਂਗੇ ਆਪਣੀ ਗੱਡੀ BMW ਜਿਹੜੀ ਸਵੇਰ ਤੋਂ ਆ ਕੇ ਲੈ ਗਏ ਆ, ਕਿ ਅਸੀਂ ਜਾਣ ਵਾਲੇ ਹੋ ਜਾਣਾ 4-5 ਜਣੇ, ਅਤੇ ਫਿਰ ਗੱਡੀ ਇੱਕ ਦੇ ਵਿੱਚ ਪੂਰੇ ਨਹੀਂ ਆਉਂਦੇ ਹੈਗੇ, ਉਹ ਫਿਰ ਆਪਣੀ ਗੱਡੀ ਲੈ ਕੇ ਪਹਿਲਾਂ ਨਿਕਲ ਜਾਂਦੇ ਹਾਂ, ਅਤੇ ਪਹਿਲਾਂ ਮੁੜ ਵੀ ਆਉਂਦੇ ਹਾਂ, ਸਾਡਾ ਫਿਰ ਆਉਂਦਾ ਸੀ ਜਾਣਾ ਵੀ ਥੋੜ੍ਹਾ ਲੇਟ ਹੁੰਦਾ, ਅਤੇ ਫਿਰ ਥੋੜ੍ਹਾ ਆਉਣਾ ਥੋੜ੍ਹਾ ਲੇਟ ਹੁੰਦਾ ਤਾਂ ਕਰਕੇ। ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ, ਅਤੇ ਟਾਈਮ ਦੇਖੋ ਤੁਸੀਂ 11:30 ਹੋਏ ਆ, ਅਤੇ ਹਾਲੇ ਪਾਰਕਿੰਗ ਜਮ੍ਹਾਂ ਹੀ ਖਾਲੀ ਪਈ ਆ, ਹਾਲੇ ਕੋਈ ਨਹੀਂ ਪਹੁੰਚਿਆ ਗੁਰਦੁਆਰੇ, ਅੱਜ ਅਸੀਂ ਵੀ ਪਹਿਲਾਂ ਆ ਗਏ, ਰੁਪਈਏ ਗਿਰਦਾ ਫਿਰਦਾ ਮੁੰਡਿਆ, ਹੈ ਚਲੀਏ, ਮੈਂ ਕਿਹਾ ਜੀ ਕੋਈ ਵੀ ਨਹੀਂ ਆਇਆ ਪਿੱਛੇ ਰਹਿਣ ਗੁਰਦੁਆਰੇ, ਹੈ ਨਾ ਅਸੀਂ ਪਹਿਲਾਂ ਆ ਗਏ ਅੱਜ ਥੋੜ੍ਹਾ ਜਿਹਾ, ਅਤੇ ਬਾਕੀ ਮੌਸਮ ਵੀ ਖਰਾਬ ਹੋ ਗਿਆ ਅੱਜ, ਅਤੇ ਦੇਖੋ ਪਿੱਛੇ ਉੱਪਰ ਬੱਦਲਬਾਈ ਸ਼ੁਰੂ ਹੋ ਗਈ ਦੁਬਾਰਾ, ਮਾੜੀ ਮਾੜੀ ਚਣਵਣ ਕਣੀ ਦਾ ਮੌਸਮ ਬਣਨ ਲੱਗ ਗਿਆ, ਅਤੇ ਬਾਕੀ ਨਾ ਸੰਗਤ ਦੇ ਆਉਣ ਦੇ ਇੱਕ ਇਹ ਵੀ ਕਾਰਨ ਹੈ, ਕਿਉਂਕਿ ਇਹ ਹੁਣ ਸਮੁੰਦਰ ਕੰਢੇ ਮਾਰਿਆਂ ਦੇ ਕੰਮ ਚੱਲ ਪਏ, ਅਤੇ ਆਪਣੇ ਮੁੰਡੇ ਓਵਰ ਟਾਈਮ ਕੰਮ ਵੀ ਬਹੁਤ ਕਰਨ ਲੱਗ ਗਏ, ਜਿੱਦਾਂ ਕਿ ਬਾਕੀ ਸਾਰੇ ਕੰਮ ਕਰਦੇ ਹਾਂ,
पर शनिवार एतवार वीकेंड ना समुद्र कंढे बीच के काम मिल जाता रेस्टोरेंट काम मिल जाता तो यह भी कारण है संगत का गुरुद्वारा साहब घट आने का गर्मी के अक्सर इदा होंगे लो जी गुरु घर आप मत्था टेक लिया तो लंगर पानी आप चाह पकौड़े छक लिया तो हूँ आप चलें अपना बहर न इधर मिले इधर भाई साहब भाई दयानंद जी अपने तो ये लैके आए गड्डी नवी जी कि हैगी बाकी इधर मिलो मुंडे दूजे तो मुंडे अपना सबसक्राइबर है भी अपना आप गुरु साहब मिले अच्छे तो बड़ा चंगा लगे भी उन्हें मिल के तो चलो देखते गड्डी फिर आप ये ले गड्डी बाबा दयानंद सिंह ने टीपो गड्डी बनाई है देखो लग्जरी गड्डी बनाई है पूरी डिग्गी वाली गड्डी पूरी एन पूरे फुल ऑप्शन है गड्डी ऑक्स लगे बिच स्क्रीन नहीं लगी पर लॉ भी सकते उतार के स्क्रीन भी लग सकती है तो मानुअल ऑटोमैटिक नहीं हैगी सोहनी गड्डी है वधिया लो जी पहुँच गए आप अपने घर जाया है आ देखो इधर सिमा फोटो शूट करा रहा मूर्ति कार दे नाल क्यों अच्छे कुशान भी ने अपने ने पग बनी आ रंग की कुदरती हो ना साड़ी मूर्ति मिल गई शान की पग नाल दी ते सारे मुंडे नूं कहदा ना भाई ना कुछ नहीं कहना मुंडे नूं ये पापा का घेंट पुत अच्छा तो बाकी टाइम देखो तुम कहने टाइम 2 बज गए तो असी जल्दी जल्दी आ गए क्योंकि गर्मी बहुत सी अंदर दोपहरे हूँ लगन लग गए तो घर जाके कहते मुंडे कहते भी ये मन ही नहीं है मेरी गल तो मैं तो क्या भी रुक जाना तो 10-15 मिनट होर गल् बातें मारा कि एक दो बंदे भाई उन्होंने मिलना सीगा तो पर कहते भी रात में भी गर्मी बहुत होने काम जा करना भी जाके 2 घंटे रेस्ट करनी चलो आप घर पहुँच गए तो चाह तो हम घर पीवे बैठ गया पा तो चाह उ एक बार पी ली तो रोटी पानी खाने तो बाद रुक के पी हाँ अद्धा घंटा रुक के चाह पीने चाह पी के फिर आप करा रेस्ट फिर तुम्हें तो मिलने बाद खड़काओ कुंडा कुंडा नहीं मेरे से तिखी पग लो जी 5 बज गए पहुँच गए आप अपनी शॉप से तो इधर मिलो टैटू का महान मुंडा है तूती तू आज है ये मुंडा जानी तू कुछ नो कस तमी को जानी तो बाकी हरमन सिंह दुकान लगे अपनी पट्टी पुट्टी बालती सारी कबाब टंगता तो उधर उन्हें फोन ला लिया अपना घर आँदी सारे जेडे काम जरूरी है वो छड़ा नहीं करता पहला है पतीले लो जी तो इधर मेरे को भी आ गया काम से वो जिस काम तो जोर दिला बोर मेरे से अज दूजा दिन है काम का पिछु तला बोर क्या दूजा दिन है पर मैं चंगा लग्या तो बाकी आप कर रहे काम का शुरुआत लो जी गर्मी होने के कारण आप तार दें अपना क्यों अंदर बहुत ज़्यादा गरमैस हो अंदर बहने ना तो आप सारे खोल देना सिस्टम यहाँ खोल के उपर टंग देंगे हैरमन इन खोल के उपर टंग उपरे पास ही कर देना हाँ पहला गमले जाके पीछे कर लो इधर वाले है ना लिफाशे इतने सर लश पूरे लिफाशे इतने से उपरे हैं कुछ ही ਇੱਦਾਂ ਸਾਰੇ ਹੌਲੀ 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 ਧਿਆਨ ਨਾਲ ਹਰਮਨ ਇਹ ਸੀ ਇਹਨੂੰ ਹੋਲਡ ਕਰਕੇ ਉੱਤੇ ਬੰਨ੍ਹ ਨਹੀਂ ਲੋੜ ਨਹੀਂ ਰਹਿਣਾ ਖੋਲੇ ਤਾਂ ਨਹੀਂ ਚੱਕੀ ਪਰੇ ਕਰ ਗਰਮੀ ਬਹੁਤ ਆ ਅੰਦਰ ਠੀਕ ਤੇ ਆਉਂਦਾ ਹੀ ਇਹ ਮਸ ਨਾ ਸਬਸ ਸੋਲਾ ਦੀ ਰਸੂ ਨਾ ਬੁੱਤਾਂ ਨਾ ਦੀ ਬਸੋ ਨਾ 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 ਦੋ ਬਸ਼ਾ ਵੀ ਅਸੀਂ ਦੇ ਗਏ ਵੀ ਤੋਂ ਸਿਮ ਕਰਾ ਦੇ ਗੱਲ ਪਈ ਹੈ ਹੈ ਅਸਪੈਟ 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 ਫਚਾ ਮੋ ਕੋਈ ਤੰਤ ਹਰਮਨ ਫੜੀ ਛੜੀ ਪੈਨਸਲ ਕੋ ਵੀ ਇਹ ਵੀ ਉੱਤੇ ਮਾਰ ਕਰਦੀ ਹੈ ਤੰਤ ਲਸ਼ਾ ਮਸਲ ਕੋ ਜੀ ਕਪੀ ਦੋ ਆ ਦੇ ਸੋ ਪਰੋ ਜੀ ਕੀ ਦੇ ਦੇ ਪਸੰ ਪੂਰੀ ਆ ਰਹੀ ਹੈ ਕਪੀ ਦੋ ਇੱਥੇ ਸਹੀ ਇਦਾਂ ਹੀ ਉਹਨਾਂ ਦੋ ਆਏ ਆ ਵੀ ਸਹੀ ਕਪੀ ਦੋ ਤੂੰ ਮੋੜ ਦਿੰਦੇ ਹਾਂ ਖੜੀ ਖੜੀ ਚਾਹੋ ਪਰ ਮੇ ਹੋ ਇਹਨੂੰ ਕੱਲਾ ਕੱਲਾ ਕਰੀ ਇਹਨੂੰ ਇਦਾਂ ਇਦਾਂ ਖੜੀ ਨਾ ਛੜੀ ਚੱਕੇ ਨੂੰ ਬਾਹਰ ਹੁਣ ਪਾਈ ਚ
ਕੱਲੇ ਚ ਇੱਕ ਵਾਰ ਇਹ ਮੈਂ ਦਗਾ ਦੇਣਾ ਐਦਾਂ ਕੋਟਾ ਕਰ ਦੋ ਵੱਡੇ ਲੋਕ ਲੋਕ ਵੱਡੇ ਲੋਕ ਚਲ ਖੜ ਜਾ ਮੈਂ ਬਾਹਰ ਕੱਢ ਲਈ ਹਾਂਜੀ ਬਾਹਰ ਕੱਢ ਦੇਣਾ ਇਹਨੂੰ ਐਂ ਕਰ ਦੇ ਇਹਨੂੰ ਐਦਾਂ ਉੱਧਰ ਦੇ ਆ ਗਿਆ ਲੋਟ ਇੱਧਰ ਕਿੱਥੇ ਆਉਣੀ ਸਰੀਰ ਨੂੰ ਬਾਹਰ ਕੱਢ ਦੋ ਇੱਧਰੋਂ ਪਹਿਲਾਂ ਪੰਤਾਲਾ ਬਾਰੇ ਕਰਦੇ ਇੱਧਰੋਂ ਲੈ ਬਣ ਗਈ ਗੱਲ ਥੱਲੇ ਉਰੀ ਰਿਕਾਰਡ ਤਾਂ ਉਰੀ ਮਾੜਾ ਜਿਹਾ ਉਰੇ ਆ ਇਹਨੂੰ ਐਂ ਕਰਦਾ ਖੁਦ ਹੀ ਮਿੱਟਾਂ ਕਰਦਾ ਓਕੇ ਸਿਮਰ ਕੈਮਰਾ ਮਿਸ਼ੇਲ ਨੂੰ ਸਾਨੂੰ ਕਹਿ ਸਾਫ ਦੀ ਲੋੜ ਹੀ ਨਹੀਂ ਉੱਤੇ ਹੀ ਕਮਰੇ ਆਏ ਹੈ ਉੱਤੇ ਹੀ ਕਮਰੇ ਆ ਜੀ ਚਲੋ ਜੀ ਇੱਧਰ ਦੇਖੋ ਮੈਂ ਤੇ ਸਿਮਾ ਸੀ ਆਰਡਰ ਲੈ ਕੇ ਆਏ ਸੀਗੇ ਆਪਣੇ ਸ਼ਹਿਰ ਤੋਂ 2-3 ਕਿਲੋਮੀਟਰ ਦੂਰ ਆਰਡਰ ਸੀਗਾ ਖੇਤਾਂ ਦੇ ਵਿੱਚ ਨੂੰ ਤੇ ਤੁਸੀਂ ਮੇਰੇ ਪਿੱਛੇ ਕਣਕ ਦੇ ਖੇਤ ਦੇਖੋ ਇੱਧਰ ਕਣਕ ਦੀਆਂ ਬੱਲਾਂ ਕਣਕ ਐਨ ਪੂਰੀ ਤਿਆਰ ਹੋ ਗਈ ਦੇਖੋ ਇੱਧਰ ਇਹ ਸਾਰੇ ਖੇਤ ਉਹ ਤੱਕ ਜੇ ਤੁਸੀਂ ਮੇਰੇ ਪੁਰਾਣੇ ਪਿਛਲੇ ਬਲੌਗ ਦੇਖੇ ਹੋਣਗੇ ਨਾ ਜਦੋਂ ਕਣਕ ਹਰੀ ਸੀਗੀ ਮੈਂ ਉਦੋਂ ਵੀ ਦਿਖਾਇਆ ਸੀਗਾ ਇਹ ਵਾਲਾ ਏਰੀਆ ਇਹ ਬਹੁਤ ਸੋਹਣਾ ਹੈ ਅਤੇ ਉਰੇ ਕਣਕ ਦਾ ਸੀਜ਼ਨ ਹਲੇ ਸਟਾਰਟ ਹੋਣਾ ਹੈ ਤਿਆਰ ਹੈ ਕੱਚ ਹੈਗੀ ਹਾਲੇ ਹੈ ਨਾ ਉਹ ਵੀ ਬੇਰਾਂ ਵਰਗੇ ਦਾਣੇ ਆ ਹਾਂ ਦਾਣੇ ਦੇਖੋ ਕਿੱਡੇ ਕਿੱਡੇ ਮੋਟੇ ਦਾਣੇ ਆ ਕਿੰਨੇ ਸੋਹਣੇ ਆ ਅਤੇ ਦੇਖੋ ਕਿੱਡਾ ਬੜਾ ਬਾਕੀ ਕੋਈ ਉਰੇ ਪਾਣੀ ਦਾ ਸਿਸਟਮ ਨਹੀਂ ਲੱਗਿਆ ਵੀ ਇਹਨਾਂ ਦਾ ਪੱਕੀ ਵੀ ਆ ਕੋਈ ਪਾਣੀ ਦਾ ਸਿਸਟਮ ਨਹੀਂ ਹੈਗਾ ਕੋਈ ਵੀ ਉਹਨਾਂ ਦੇ ਆਹ ਦੇਖੋ ਜਿੱਥੇ ਤੁਸੀਂ ਪੈੜਾਂ ਦੇਖ ਸਕਦੇ ਉਹਨਾਂ ਵਾਲੀਆਂ ਆ ਜਾਂਦੀਆਂ ਅਤੇ ਇੱਧਰ ਵੀ ਉਹ ਸਾਰੀਆਂ ਜਾਂਦੀਆਂ ਉਹਦੇ ਪੈੜਾਂ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ ਉਹ ਦੇਖੋ ਆਹ ਸਾਰੀਆਂ ਪੈੜਾਂ ਇਹਨਾਂ ਇਹਨਾਂ ਪੈੜਾਂ ਦੇ ਉੱਤੋਂ ਹੀ ਮੰਨ ਲਓ ਰੇਹ ਸਪਰੇਅ ਸਾਰੀ ਇਹਦੇ ਵਿੱਚੋਂ ਹੀ ਹੁੰਦੀ ਆ ਅਤੇ ਬਾਕੀ ਤੁਸੀਂ ਦੇਖੋ ਯਾਰ ਕਿੰਨਾ ਵਧੀਆ ਮੈਂ ਸੋਚਿਆ ਤੁਹਾਡੇ ਕੋਲ ਸ਼ੇਅਰ ਕਰਦੇ ਜਾਵਾਂ ਕਿਉਂਕਿ ਜਦੋਂ ਪਹਿਲਾ ਬਲੌਗ ਦਿਖਾਇਆ ਸੀਗਾ ਤੁਹਾਨੂੰ ਮੈਂ ਉਦੋਂ ਕਣਕ ਹਰੀ ਸੀਗੀ ਉਦੋਂ ਵੀ ਤੁਹਾਨੂੰ ਦਿਖਾਈ ਸੀਗੀ ਅਤੇ ਅੱਜ ਮੈਂ ਇੱਧਰ ਨੂੰ ਆਰਡਰ ਲੈ ਕੇ ਆਇਆ ਸੀ ਮੈਂ ਕਿਹਾ ਚਲੋ ਪੱਕੀ ਆ ਤੁਹਾਡੇ ਵੀ ਸ਼ੇਅਰ ਕਰਦੇ ਹਾਂ ਆਪਾਂ ਇਹ ਵੀਆ ਚੱਲਦਾ ਪੂਰਾ ਹੈ ਅਤੇ ਅਸੀਂ ਹੁਣ ਚੱਲਦੇ ਹਾਂ ਅਤੇ ਅਸੀਂ ਹੁਣ ਚੱਲਦੇ ਹਾਂ ਫਟਾਫਟ ਕਿ ਸਾਨੂੰ ਵੇਟ ਕਰਦੇ ਹੋਣਗੇ ਸਾਡੀ ਉਹ ਵੀ ਕੱਦੇ ਘਰੋਂ ਨਿਕਲੇ ਮੈਂ ਆਰਡਰ ਲੈ ਕੇ ਹਾਲੇ ਤੱਕ ਪਹੁੰਚੀ ਨਹੀਂ ਹੈਗੀ ਉਹਨਾਂ ਨੂੰ ਕਿਹਾ ਪਤਾ ਵੀ ਰਸਤੇ ਖੜ੍ਹ ਕੇ ਉਹ ਕੁਦਰਤ ਦਾ ਨਜ਼ਾਰਾ ਦੇਖਣ ਲੱਗ ਗਏ ਇੱਦਾਂ ਚੀਜ਼ਾਂ ਜਿਹੜੇ ਕਿਤੇ ਮਿਲਦੀ ਹੈ ਨਾ ਜਿੱਥੇ ਕੁਦਰਤ ਕੋਈ ਕੋਈ ਵੀ ਸੋਹਣੀ ਚੀਜ਼ ਕੁਦਰਤ ਵੱਲੋਂ ਹੋਵੇ ਅਤੇ ਉੱਥੇ 2-4 ਮਿੰਟ ਖੜ੍ਹ ਕੇ ਸਮਾਂ ਬਿਤਾ ਲੈਣਾ ਚਾਹੀਦਾ ਅਤੇ ਬੜਾ ਸਕੂਨ ਮਿਲਦਾ ਅਤੇ ਚਲੋ ਆਪਾਂ ਹੁਣ ਚੱਲਦੇ ਹਾਂ ਸ਼ੌਪ 'ਤੇ ਨੂੰ ਜਾ ਕੇ ਚੱਕੀਏ ਆਪਣੇ ਔਡਰ ਅਤੇ ਬਾਕੀ ਦੇਖੋ ਇੱਧਰ ਬਦਲੀ ਚੜ੍ਹ ਕੇ ਪੂਰੀ ਆ ਗਈ ਅਤੇ ਮੀਂਹ ਲੱਗ ਗਿਆ ਪੈਣ ਬਾਹਰ ਦਾ ਮੌਸਮ ਦੇਖੋ ਸੀ ਕਿੰਨਾ ਵਧੀਆ ਆਹ ਦੇਖੋ ਲੈ ਮੀਂਹ ਪੈਂਦਾ ਨਾ ਜਦੋਂ ਕਿ ਸਵੇਰ ਦੀ ਪੜਦਾ ਧਰਤੀ ਛੱਡਦੀ ਸੀਗੀ ਜਦੋਂ 4 ਕਣੀਆਂ ਮੀਂਹ ਦੀਆਂ ਪੈਣੀਆਂ ਉੱਪਰ ਅਤੇ ਜਿਹੜੀ ਸਮੈਲ ਆਉਂਦੀ ਆ ਨਾ ਉਹ ਵਾਕਈ ਲਾਜਵਾਬ ਆਉਂਦੀ ਆ ਲਓ ਜੀ ਦੇਖੋ ਇੱਧਰ ਆਪਾਂ ਵਾਲੇ ਹੁਣੇ ਚੱਕ ਕੇ ਹਟੇ ਉੱਪਰ ਨੂੰ ਹਵਾਉਣ ਕਰਕੇ ਅਤੇ ਇੱਧਰ ਪਿੱਛੋਂ ਉੱਧਰੋਂ ਮੀਂਹ ਲੱਗ ਗਿਆ ਨਾ ਉਹ ਪਿੱਛੇ ਬਿਲਡਿੰਗ ਦੇ ਪਿੱਛੋਂ ਦੇਖੋ ਬੱਦਲਵਾਈ ਪੂਰੀ ਆ ਗਈ ਹੈ ਅਤੇ ਹੁਣ ਮੀਂਹ ਪੈਣ ਦੀ ਪੂਰੀਆਂ ਤਿਆਰੀਆਂ ਆਪਾਂ ਨੇ ਫਿਰ ਥੱਲੇ ਕਰਨਾ ਪੈ ਗਿਆ ਹੈ ਫਿਰ ਥੱਲੇ ਕਰਨਾ ਪੈ ਗਿਆ ਆਪਾਂ ਨੂੰ ਲਓ ਜੀ ਮਿੱਤਰੋ ਅਤੇ ਟਾਈਮ ਦੇਖੋ ਤੁਸੀਂ 11 ਵੱਜ ਗਏ ਅਤੇ ਕੰਮ ਕਰ ਆਪਾਂ ਸਾਰਾ ਨਿਬੇੜਤਾ ਹਾਲੇ 1-2 ਬੰਦੇ ਆਪਣੇ ਬੈਠੇ ਅੰਦਰ ਕਸਟਮਰ ਅਤੇ ਰੋਟੀ ਪਾਣੀ ਖਾ ਰਹੇ ਹਾਂ ਅਤੇ ਨਾਲ ਇੱਧਰ ਹਰਮਨ ਸਿੰਘ ਨੇ ਕਹਿੰਦਾ ਭੁੱਖ ਬਹੁਤ ਲੱਗੀ ਹੋਈ ਕਿਉਂਕਿ ਗਰਮੀ ਬਹੁਤ ਹੈ ਨਾ ਅੰਦਰ ਗਰਮੀ ਪਾਣੀ ਪੀ ਜਾਂਦੇ ਅਤੇ ਹਜਮ ਹੋਈ ਜਾਂਦਾ ਇੱਥੇ ਭੁੱਖ ਲੱਗ ਜਾਂਦੀ ਆ ਅਤੇ ਇੱਧਰ ਅਸੀਂ ਖੜ੍ਹੇ ਸੀਗੇ ਬਾਪੂ ਜੀ ਹੁਣੀ ਖੜ੍ਹੇ ਹਾਂ ਅਤੇ ਸ਼ਾਨਵੀਰ ਖੜ੍ਹਾ ਅਤੇ ਹਾਲੇ ਕੰਮ ਕਰਨ ਦਾ ਸਫਾਈ ਚੱਲਦੀ ਹੈ ਹਾਲੇ ਪ੍ਰੋਪਰ ਤੌਰ 'ਤੇ ਕੰਪਲੀਟ ਨਹੀਂ ਖਤਮ ਕੀਤਾ ਪਹਿਲੇ ਸਾਨੂੰ 1/2 ਘੰਟਾ ਹੋਰ ਲੱਗ ਜਾਣਾ ਤਿਆਰੀ ਖਤਮ ਕਰਦਿਆਂ ਨੂੰ ਅਤੇ ਬਾਕੀ ਇਹਦੇ ਨਾਲ ਬਲੌਗ ਦਾ ਆਪਾਂ ਆਪਣੇ ਦਾ ਇੱਥੇ ਐਂਡ ਕਰਦੇ ਹਾਂ ਜੇ ਤੁਹਾਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰੋ ਅਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਤੇ ਕੱਲ੍ਹ ਨੂੰ ਸਵੇਰੇ ਇਸ ਵਕਤ ਹੀ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਸਾਰਿਆਂ ਨੂੰ ਐਂਡਿੰਗ ਵਿਦ ਦਾ ਹੀ ਡਾਂਸ ਸਤਿ ਸ਼੍ਰੀ ਅਕਾਲ ਜੀ